ਹੈਲੋ ਜੀ ਸਤਿ ਸ਼੍ਰੀ ਅਕਾਲ 88635 ਤੇ 22 ਪੋਸਟਾਂ ਬਾਰੇ ਗੱਲਬਾਤ ਕਰਾਂਗੇ ਤੇ ਇਸੇ ਦੇ ਨਾਲ 883 5994 ਜਿਹੜੀ ਨਵੀਂ ਵੈਕੈਂਸੀ ਐਜੂਕੇਸ਼ਨ ਮਿਨਿਸਟਰ ਨੇ ਅਨਾਉਂਸ ਕੀਤੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਿ ਕਿਸ ਤਰ੍ਹਾਂ ਤੁਹਾਨੂੰ ਉਸ ਦੀਆਂ ਫ੍ਰੀ ਵੀਡੀਓ ਕਲਾਸਿਸ ਤੇ ਐਮਸੀਕਿਊ ਸੀਰੀਜ਼ ਮਿਲ ਸਕਦੀਆਂ ਨੇ ਜਿਸ ਨਾਲ ਤੁਸੀਂ ਆਪ ਦੀ ਤਿਆਰੀ ਨੂੰ ਬਿਹਤਰ ਬਣਾ ਸਕਦੇ ਹੋ ਤੇ ਗੱਲ ਕਰਦੇ ਹਾਂ 6635 ਦੇ 22 ਪੋਸਟਾਂ ਬਾਰੇ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਨੇ ਅਫਵਾਹਾਂ ਉੱਡ ਰਹੀਆਂ ਸੀ ਕਿ 6635 ਦੇ 22 ਪੋਸਟਾਂ ਦੀ ਜਿਹੜੀ ਕੱਟ-ਆਫ ਲਿਸਟ ਹੈ ਜਾਂ ਲਿਸਟਾਂ ਨੇ ਉਹ ਮੰਡੇ ਪਰ ਲੇਕਿਨ ਦੇਖੋ ਮੰਡੇ ਵੀ ਗਿਆ ਪਰ ਹਲੇ ਤੱਕ ਕੋਈ ਵੀ ਲਿਸਟ ਨਹੀਂ ਆਈ ਲਿਸਟਾਂ ਦਾ ਛੱਡੋ ਹਲੇ ਤੱਕ ਜਿਹੜੀ ਕੱਟ-ਆਫ ਹੈ ਕੱਟ-ਆਫ ਹੀ ਨਹੀਂ ਪਤਾ ਚੱਲੀ ਕਿਸੇ ਨੂੰ ਕਿ ਕੱਟ-ਆਫ ਕਿੰਨੀ ਗਈ ਏ ਠੀਕ ਹੈ ਡਿਪਾਰਟਮੈਂਟ ਨੇ ਪੇਪਰ ਲੈ ਲਿਆ ਰਿਜ਼ਲਟ ਦੇਤਾ ਪਰ ਲੇਕਿਨ ਹੁਣ ਰਿਜ਼ਲਟ ਆਨੂੰ ਬਹੁਤ ਟਾਈਮ ਹੋ ਗਿਆ ਇਹਨਾਂ ਲੰਮਾ ਲੰਮਾ ਸਮਾਂ ਪੈ ਚੁੱਕਿਆ ਹੈ ਤੇ ਉਹਨਾਂ ਦਾ ਕੋਈ ਵੀ ਨੋਟੀਫਿਕੇਸ਼ਨ ਨਹੀਂ ਆ ਰਿਹਾ ਕਿ ਕਦੋਂ ਲਿਸਟਾਂ ਪੈਣਗੀਆਂ ਕਦੋਂ ਕੱਟ-ਆਫ ਆਊਗੀ ਠੀਕ ਹੈ ਜੀ ਤੇ ਈਟੀਟੀ ਦੀਆਂ ਜਿਹੜੀਆਂ ਵੈਕੈਂਸੀਆਂ ਨੇ ਇਹਨਾਂ ਵਾਸਤੇ ਜਿਹੜੀ ਆਪਣਾ ਈਟੀਟੀ ਯੂਨੀਅਨ ਹੈ ਉਹ ਸੰਘਰਸ਼ ਕਰ ਰਹੀ ਹੈ ਆਪਣੀ 2364 ਵੈਕੈਂਸੀ ਨੂੰ ਜਿਹੜਾ ਰੱਦ ਕੀਤਾ ਸੀਗਾ ਉਸ ਉਸ ਲਈ ਵੀ ਜ ਆਪਣੀ ਜਿਹੜੀ ਯੂਨੀਅਨ ਹੈ ਉਹ ਲੜ ਰਹੀ ਹੈ ਤੇ 6635 ਦੀ ਪ੍ਰੋਸੈਸ ਸ਼ੁਰੂ ਕਰਨ ਵਾਸਤੇ ਵੀ ਸੰਘਰਸ਼ਸ਼ੀਲ ਹੈ ਤੇ ਡਿਪਾਰਟਮੈਂਟ ਵੀ ਲਗਾਤਾਰ ਆਪਾਂ ਨੂੰ ਜਿਹੜਾ ਹੈ ਦਲਾਸੇ ਦੇ ਰਿਹਾ ਹੈ ਕਿ ਜੀ 6635 ਦੀ ਜਿਹੜੀ ਪ੍ਰੋਸੈਸ ਹੈ ਉਹ ਛੇਤੀ ਸ਼ੁਰੂ ਹੋਊਗੀ ਪਰ ਲੇਕਿਨ ਚਲੋ ਹੋਪ ਫੋਰ ਦਾ ਬੈਸਟ ਆਪਾਂ ਜਿਹੜੀ ਹੈ ਵਧੀਆ ਸੋਚ ਰੱਖਦੇ ਹੋਏ ਵੇਟ ਕਰਦੇ ਹਾਂ ਕਿ 6635 ਦੀ ਜਿਹੜਾ ਕੰਮ ਹੈ ਪ੍ਰੋਸੈਸ ਹੈ ਉਹ ਛੇਤੀ ਸ਼ੁਰੂ ਹੋਊਗਾ ਇਸੇ ਦੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ETT 59994 ਪੋਸਟਾਂ ਨਵੀਂ ਵੈਕੈਂਸੀ ਅਨਾਉਂਸ ਹੋਈ ਸੀ ਇਸ ਦੀ ਤਿਆਰੀ ਲਈ ਆਪਾਂ ਗੱਲਬਾਤ ਕਰਾਂਗੇ ਹੁਣ ਕਈ ਬੱਚੇ ਸੋਚਣਗੇ ਕਿ ਜੇਕਰ 6635 ਹੀ ਪੂਰੀ ਨਹੀਂ ਹੋਈ ਤਾਂ ਨਵੀਂ ਭਰਤੀ ਕਿਸ ਤਰ੍ਹਾਂ ਸਿਰੇ ਚੜ੍ਹ ਜਾਊਗੀ ਦੇਖੋ ਜੀ ਥੋੜਾ ਸੋਚਣਾ ਜਾਇਜ਼ ਹੈ ਪਰ ਲੇਕਿਨ ਆਪਾਂ ਜਿਹੜੇ ਹੈ ਆਪਾਂ ਇੱਕ ਵਿਦਿਆਰਥੀ ਵਰਗ ਤੋਂ ਬਿਲੋਂਗ ਕਰਦੇ ਹਾਂ ਤੇ ਆਪਾਂ ਨੂੰ ਜਿਹੜੀ ਹੈ ਹਰ ਇੱਕ ਵੈਕੈਂਸੀ ਦਾ ਜਿਸ ਲਈ ਆਪਾਂ ਐਲੀਜੀਬਲ ਹਾਂ ਉਹਦੇ ਲਈ ਆਪਣੇ ਹੱਥ ਪੱਲੇ ਮਾਣਨੇ ਚਾਹੀਦੇ ਨੇ ਅਗਰ 6635 ਲੇਟ ਹੋ ਰਹੀ ਹੈ ਤੇ ਉਸ ਤੋਂ ਪਹਿਲਾਂ ਅਗਰ 5994 ਨਵੀਂ ਵੈਕੈਂਸੀ ਦੇ ਫਾਰਮ ਓਪਨ ਹੋਣਗੇ ਤਾਂ ਇਹ ਸਾਰੇ ਅਪਲਾਈ ਕਰਨਗੇ ਤੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਤਿਆਰੀ ਕਰੀਏ ਤੇ ਪੇਪਰ ਦੇਈਏ ਠੀਕ ਹੈ ਆਪਣੇ ਹੱਥ ਵੱਸ ਜੋ ਹੈ ਉਹ ਤਾਂ ਆਪਾਂ ਕਰੀਏ ਬਾਕੀ ਜਿਹੜਾ ਹੈ ਗਵਰਨਮੈਂਟ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਹਰ ਰਾਸਤਾ ਕਰਦੀ ਹੈ ਪਰ ਲੇਕਿਨ ਕੀ ਇਹ ਸੋਚ ਕੇ ਆਪਾਂ ਨਵੀਂ ਵੈਕੈਂਸੀ ਅਪਲਾਈ ਨਹੀਂ ਕਰਾਂਗੇ ਤਾਂ ਦੇਖੋ ਜੀ ਨਵੀਂ ਵੈਕੈਂਸੀ ਤੁਸੀਂ ਜ਼ਰੂਰ ਅਪਲਾਈ ਕਰਨੀ ਹੈ 5994 ਵੈਕੈਂਸੀਆਂ ਨੇ ਠੀਕ ਹੈ ਜੀ ਲਗਭਗ 6000 ਦੇ ਕਰੀਬ ਵੈਕੈਂਸੀ ਹੋ ਜਾਂਦੀ ਹੈ ਤਾਂ ਜਿਨ੍ਹਾਂ ਨੇ ਵੀ ਫਰੀ ਵੀਡੀਓ ਕਲਾਸਿਸ ਤੇ MCQ ਸੀਰੀਜ਼ ਦੇ ਰਾਹੀਂ 5994 ਦੀ ਤਿਆਰੀ ਕਰਨੀ ਹੈ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਇਸ ਤੇ ਤਰੀਹਾ ਜਿਹੜੇ ਫਿਲਹਾਲ ਪੀਐਸਟੈਟ ਦੇ ਵੀ ਜਿਹੜੇ ਹੈ ਕੋਰਸ ਚੱਲੇ ਹੋਏ ਨੇ ਠੀਕ ਹੈ ਜੀ ਤੁਹਾਨੂੰ ਫਰੀ ਕਲਾਸਿਸ ਮਿਲਣਗੀਆਂ ਕੋਈ ਵੀ ਪੇਡ ਕੋਰਸ ਨਹੀਂ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਨਵੀਂ ਵੈਕੈਂਸੀ ਅਨਾਉਂਸ ਹੋਈ ਹੈ ਤਾਂ ਹਰ ਜਗ੍ਹਾ ਤੇ ਜਿਹੜੇ ਹੈ ਪੇਡ ਕੋਰਸਿਸ ਜਿਹੜੇ ਨੇ ਉਹ ਵੇਚੇ ਜਾਣਗੇ ਕਿ ਸਾਡਾ ਕੋਰਸ ਲੈ ਲੋ ਜੀ ਸਾਡਾ ਕੋਰਸ ਲੈ ਲੋ ਪਰ ਲੇਕਿਨ ਤੁਹਾਨੂੰ ਸਤਲੂਜ ਆਨਲਾਈਨ ਕਲਾਸਿਸ ਤੇ ਫ੍ਰੀ ਵੀਡੀਓ ਲੈਕਚਰਸ ਤੇ ਐਮਸੀਕਿਊ ਸੀਰੀਜ਼ ਹਰ ਇੱਕ ਸਬਜੈਕਟ ਦੀ ਟੌਪਿਕ ਵਾਈਜ਼ ਪ੍ਰੋਵਾਈਡ ਕਰਾਈ ਜਾਏਗੀ ਸੋ ਤੁਹਾਨੂੰ ਕੀ ਕਰਨਾ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਬਾ ਲੈਣੀ ਹੈ ਤਾਂ ਕਿ ਆਉਣ ਵਾਲੀਆਂ ਕਲਾਸਿਸ ਤੇ ਅਪਡੇਟ ਤੁਹਾਨੂੰ ਮਿਲ ਸਕਣ ਤੇ ਜਿਵੇਂ ਹੀ ਆਪਾਂ ਨਵੀਂ ਵੈਕੈਂਸੀ ਦੀ ਜਿਹੜੀ ਹੈ ਕਲਾਸਿਸ ਸ਼ੁਰੂ ਕਰਾਂਗੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂਕਿ ਤੁਸੀਂ ਅਪਡੇਟ ਰਹੋ ਧੰਨਵਾਦ